हमारे न्यूज़ चैनल को सब्सक्राइब करें और अपने शहर की लेटेस्ट न्यूज़ वीडियोस देखने के लिए साथ में लगे घंटी वाले बटन को दबाएं। जिला देहाती के एसएसपी नवजोत सिंह माल के दिशा निर्देशानुसार कत्ल केस सुलझाते हुए एक महिला और उसके बेटे को गिरफ्तार किया गया है। प्रेस वार्ता के दौरान जानकारी देते हुए पुलिस ने बताया कि कत्ल नजायज संबंधों के चलते किया गया था। एक और केस में थाना पोपुर देहाती पुलिस ने 8 नशा तस्करों को 300 किलो चूरा पोस्त, एक सेंट्रो कार, एक ट्रक और एक एक्टिवा सहित काबू किया है। पुलिस द्वारा आरोपियों को काबू करके मामला दर्ज कर आगे की कार्रवाई शुरू कर दी है। कत्ल रामचंद छाबड़ा जिहड़ा कि एक नंबर डिवीजन के एरिए का रहने वाला और मझां गावां का व्यापार करता अपने भतीजे के नाल कुलदीप चंद के नाल। यह जिहड़ी रणजीत कौर नां दी औरत जो कि जौड़ा पिंड की रहने वाली है, इन्हां दे घर पिछले 3-4 साल तो इन्हां दे मतलब पैसों का एक दूजे नाल लैण देण चलता और रामचंद 4 तरीक नूं अपने घर इन्हां दे जौड़ा पिंड आया सी एक्टिवा ते सवार होके और जदों आया तो उत्थे इह जदों असीं इस औरत नूं पुछगिछ कीती है उहदे च उहने मन्निया इह गल कि इह आ के उहदे नाल इहदे कोई संबंध भी सीगे और इतराजयोग हालत दे विच जिहड़ा उहदे बेटे ने हरजाप जाप ने उहनूं देख लिया, देख के उहने इस एंगल दे नाल जिहड़ा उहदा सिर च मार के उहदा कतल करता ते औरत ने उहदा गला दबा के दोवां ने मिल के इहदी लाश नूं लकड़ा पा के ते उपर उपरली मंजल ते लिजा के साड़ के उहदी इक गठड़ी बन के हड्डियां दी ते इट्टां दे थल्ले। ਇਹ 70,000 ਦੇ ਕਰੀਬ ਪਤਾ ਲੱਗਾ ਜੋ ਔਰਤ ਨੇ ਦੱਸਿਆ ਵੀ 70,000 ਰੁਪਈਆ ਦੇਣਾ ਸੀ ਤੇ ਪੁਲਿਸ ਨੂੰ ਕਿਸ ਤਰ੍ਹਾਂ ਸਫਲਤਾ ਮਿਲੀ? ਇਹ ਪੁਲਿਸ ਨੂੰ ਸਫਲਤਾ ਇਸ ਤਰ੍ਹਾਂ ਮਿਲੀ ਜੀ, ਇਹ ਜਿਹੜੀ ਇੱਕ ਨੰਬਰ ਡਿਵੀਜ਼ਨ 'ਚ ਜਦੋਂ ਗੁੰਮਸ਼ੁਦਗੀ ਲਿਖਾਈ ਗਈ ਤਾਂ ਉਹਦੇ ਵਾਰਸ ਉਹ ਜਦੋਂ ਲੋਕੇਸ਼ਨ ਉਹਨਾਂ ਨੇ ਲਈ ਤੇ ਲੋਕੇਸ਼ਨ ਜਿਹੜੀ ਜੌਲਾ ਪਿੰਡ ਆ ਕੇ ਬੰਦ ਹੋ ਗਈ ਔਰ ਜਦੋਂ ਉਹਨੂੰ ਲੱਭਦੇ ਉੱਥੇ ਆਏ ਤਾਂ ਉਹਨਾਂ ਨੇ ਆ ਕੇ ਥਾਣੇ ਪਤਾਰੇ SHO ਸਾਡੇ ਸਤਪਾਲ ਸਿੰਘ ਹੋਰਾਂ ਨੂੰ ਇਤਲਾਹ ਦਿੱਤੀ ਵੀ ਸਾਡਾ ਜਿਹੜਾ ਇੱਕ ਬਜ਼ੁਰਗ ਘਰੋਂ ਗੁੰਮ ਹੈ ਤੇ ਇਹਨਾਂ ਨੇ ਉਹਦੇ ਨਾਲ ਜਾ ਕੇ ਐਕਟਿਵਾ ਬਾਹਰੋਂ ਗੇਟ ਤੋਂ ਵੇਖੀ, ਵੇਖ ਕੇ ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਔਰਤ ਤੋਂ ਮਤਲਬ ਉਹਦੇ ਘਰ ਨੂੰ ਦੇਖਿਆ ਪਰ ਘਰੇ ਕਿਉਂਕਿ ਤਾਲਾ ਲੱਗਾ ਸੀ ਉਹ ਉੱਥੋਂ ਗਾਇਬ ਸੀ। ਜੀ ਸਰ, ਪੋਪੀ ਹਸਕ ਜਿਹੜੀ ਸਾਡੇ SHO ਭੋਗਪੁਰ ਅਤੇ ਇਹਨਾਂ ਦੇ ਨਾਲ ਸਾਡੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਜੋ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਸਾਡੇ ਮਾਨਯੋਗ SSP ਸਾਹਿਬ IG ਸਾਹਿਬ ਵੱਲੋਂ ਜਿਹੜੀ ਚਲਾਈ ਗਈ ਹੈ ਉਹਦੇ ਦੌਰਾਨ ਸਾਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਔਰ ਉਹਦੇ ਵਿੱਚ ਸਾਡੀ ਇਹ ਟੀਮ ਨੇ ਜਿਹੜੀ ਸਾਂਝੀ ਨਾਕਾਬੰਦੀ ਕੀਤੀ ਹੋਈ ਸੀ SHO ਭੋਗਪੁਰ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਔਰ ਨਾਕੇ ਦੌਰਾਨ ਜਿਹੜੀ ਇੱਕ ਸ਼ੱਕੀ ਗੱਡੀ ਜਿਹੜੀ ਸੈਂਟਰੋ, ਇੱਕ ਟਰੱਕ ਅਤੇ ਇੱਕ ਐਕਟਿਵਾ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਜਿਹਦੇ 'ਚੋਂ 3 ਕੁਇੰਟਲ ਦੇ ਕਰੀਬ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਅਤੇ ਜਿਹੜੇ 8 ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਔਰ ਇਹਦੀ ਤਫਤੀਸ਼ ਚੱਲ ਰਹੀ। ਇਹ 6 ਜਿਹੜੇ ਦੋਸ਼ੀ ਆ ਉਹ JNK ਨੂੰ ਰਹਿਣ ਵਾਲੇ ਹਨ ਅਤੇ ਜਿਹੜਾ ਟਰੱਕ ਅਤੇ ਜਿਹੜੀ ਸੈਂਟਰੋ ਕਾਰ ਹੈ ਇਹ ਵੀ JNK ਨੰਬਰ ਦੀ ਹੈ। ਸਿਰਫ ਐਕਟਿਵਾ ਅਤੇ ਜਿਹੜੇ 2 ਪੰਜਾਬੀ ਬੰਦੇ ਆ ਇਹ ਪੰਜਾਬ ਤੋਂ ਇਹ ਹਾਲੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਦੀ ਮਜ਼ੀਦ ਪੁੱਛਗਿੱਛ ਦੇ ਵਿੱਚ ਇਹ ਸਾਰੀ ਗੱਲ ਸਾਹਮਣੇ ਆਵੇਗੀ ਵੀ ਇਹਨਾਂ ਨੇ ਕਿੱਥੋਂ ਖਰੀਦ ਕੇ ਲਿਆਏ ਆ, ਕਿੱਥੇ ਦੇਣ ਜਾ ਰਹੇ ਆ, ਉਹਦੀ ਡਿਟੇਲ ਪੁੱਛਗਿੱਛ ਦੇ ਵਿੱਚ ਸਾਰਾ ਆਵੇਗਾ।